ਵਿਧਾਨਸਭਾ ਹਲਕਾ ਮੋਗਾ ਦੀਆਂ ਵੋਟਾਂ ਦਾ ਕੰਮ ਪੂਰਾ ਹੋ ਗਿਆ 4 ਫਰਵਰੀ ਨੂੰ ਲੋਕਾਂ ਨੇ ਆਪਣੇ ਵੋਟ ਦਾ ਅਧਿਕਾਰ ਵਰਤਦੇ ਹੋਏ ਸਾਰੇ ਉਮੀਦਵਾਰਾਂ ਦਾ ਭਵਿੱਖ ਮਸ਼ੀਨਾਂ ਵਿੱਚ ਬੰਦ ਕਰ ਦਿੱਤਾ ਹੈ ਆਉਣ ਵਾਲੀ 11 ਮਾਰਚ ਨੂੰ ਇਹ ਫੈਸਲਾ ਹੋਵੇਗਾ ਕਿ ਕਿਸ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ ਅੱਜ ਸਾਡੇ ਸਟੂਡੀਓ ਦੇ ਵਿੱਚ ਹਰਜੋਤ ਕਮਲ ਜੀ ਆਏ ਹਨ ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਚੋਣਾਂ ਬਾਰੇ ਔਰ ਚੋਣਾਂ ਦੀ ਪ੍ਰਕਿਰਿਆ ਕਿਸ ਤਰ੍ਹਾਂ ਸੰਪੂਰਨ ਹੋਈ ਹੈ ਔਰ ਉਹਨਾਂ ਦਾ ਇਸ ਹਲਕੇ ਦੇ ਵਿੱਚ ਕੀ ਉਮੀਦ ਹੈ ਕੀ ਲੈ ਕੇ ਆਵਾਂਗੇ ਲਓ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਹਲਕੇ ਦੇ ਕਾਂਗਰਸ ਦੇ ਉਮੀਦਵਾਰ ਹਰਜੋਤ ਕਮਲ ਜੀ ਨਾਲ ਸਾਡੇ ਸਟੂਡੀਓ ਦੇ ਚੌਣ 'ਤੇ ਹਰਜੋਤ ਕਮਲ ਜੀ ਤੁਹਾਡਾ ਬਹੁਤ ਬਹੁਤ ਹਾਰਦਿਕ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਹਰਜੋਤ ਕਮਲ ਜੀ ਤੁਸੀਂ ਕਾਂਗਰਸ ਦੇ ਉਮੀਦਵਾਰ ਸੀ ਤੁਹਾਡੀ ਬੜੀ ਮਨ ਪਿਆਰਤਾ ਵੀ ਰਹੀ ਹੈ ਤੁਹਾਨੂੰ ਕਾਂਗਰਸ ਪਾਰਟੀ ਨੇ ਆਪਣੀ ਟਿਕਟ ਦੇ ਕੇ ਨਵਾਜਿਆ ਇਲੈਕਸ਼ਨ ਖਤਮ ਹੋ ਗਏ ਨੇ ਇਲੈਕਸ਼ਨ ਤੋਂ ਬਾਅਦ ਤੁਸੀਂ ਕੀ ਮਹਿਸੂਸ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੀ ਹੋਣਾ ਦਾ ਔਰ ਸਾਰੀ ਹਾਈਕਮਾਂਡ ਦਾ ਬੜੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੇ 'ਤੇ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਨੂੰ ਇੱਥੋਂ ਕਾਂਗਰਸ ਦਾ ਕੈਂਡੀਡੇਟ ਬਣਾਇਆ ਉਸ ਤੋਂ ਬਾਅਦ ਜਿਹੜੀ ਚੋਣ ਪ੍ਰਕਿਰਿਆ ਦੀ ਤੁਸੀਂ ਗੱਲ ਕੀਤੀ ਹੈ ਵੋਟਾਂ ਪੈ ਗਈਆਂ ਨੇ ਮੈਂ ਜਿੱਥੇ ਮੇਰੇ ਨਾਲ ਜਿਹੜੇ ਸੀਨੀਅਰ ਲੀਡਰ ਸਾਹਿਬਾਨ ਨੇ ਮੋਗੇ ਦੇ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਹੀ ਮੈਂ ਸਮੂਹ ਮੋਗੇ ਦੇ ਵੋਟਰਾਂ ਦਾ ਧੰਨਵਾਦ ਕਰਦਾ ਤਹਿ ਦਿਲੋਂ ਕਿ ਉਹਨਾਂ ਨੇ ਮੈਨੂੰ ਜਿੰਨਾ ਪਿਛਲੇ 10 ਸਾਲਾਂ 'ਚ ਪਿਆਰ ਦਿੱਤਾ ਸੀ ਉਦੋਂ ਵੀ ਵੱਧ ਵੋਟਾਂ 'ਚ ਮੈਨੂੰ ਪਿਆਰ ਦਿੱਤਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਹਜੂਰ ਕਮਲ ਜੀ ਆਪਣੇ ਹਲਕੇ ਦੀ ਤਕਰੀਬਨ 1,90,000 ਦੇ ਕਰੀਬ ਦੀ ਵੋਟ ਹੈਗੀ ਜਿਹਦੇ 'ਚੋਂ 1,44,000 ਦੇ ਕਰੀਬ ਵੋਟ ਪੋਲ ਹੋਈ ਹੈ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਤੁਹਾਨੂੰ ਕਿੰਨੀ ਕੁ ਵੋਟ ਪੋਲ ਹੋਈ ਹੋਈ ਤੁਹਾਡੇ ਹੱਕ 'ਚ ਕਿੰਨੇ ਕੁ ਲੋਕ ਉੱਥੇ ਹੋਣਗੇ ਦੇਖੋ ਇੱਕ ਤਾਂ ਐਂਟੀ ਇਨਕੰਬੈਂਸੀ ਬਹੁਤ ਸੀਗੀ ਸਰਕਾਰ ਦਾ ਪਿਛਲੇ 10 ਸਾਲਾਂ ਦੀ ਜਿਹੜੀ ਬਹੁਤ ਮਾੜੀ ਕਾਰਗੁਜ਼ਾਰੀ ਹੈ ਉਹਦੇ ਤੋਂ ਲੋਕ ਅੱਕੇ ਹੋਏ ਸੀ ਔਰ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ 1,44,000 ਵੋਟ ਜਿਹੜੀ ਪੋਲ ਹੋਣੀ ਹੈ ਬਹੁਤ ਵੱਡੀ ਪੋਲਿੰਗ ਹੈ ਔਰ ਮੈਨੂੰ ਪੂਰਨ ਆਸ ਹੈ ਕਿ ਲੋਕ ਪੰਜਾਬ ਦੇ ਵਿੱਚ ਬਦਲਾਅ ਚਾਹੁੰਦੇ ਆ ਔਰ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਜਿਹੜੀ ਪਿਛਲੀ ਸਰਕਾਰ ਸੀ 2002 ਤੋਂ 2007 'ਚ ਉਹਨਾਂ ਦੀ ਕਾਰਗੁਜ਼ਾਰੀ ਨੂੰ ਬਹੁਤ ਪਸੰਦ ਕੀਤਾ ਸੀ ਔਰ ਅੱਜ ਵੀ ਹਰੇਕ ਬੰਦਾ ਚਾਹੁੰਦਾ ਕਿ ਮੁੜ ਕੇ ਕਾਂਗਰਸ ਸੱਤਾ 'ਚ ਆਵੇ ਮਹਾਰਾਜਾ ਸਾਹਿਬ ਦੀ ਸਰਕਾਰ ਬਣੇ ਮੈਨੂੰ ਪੂਰਨ ਆਸ ਹੈ ਕਿ ਜਿੱਦਾਂ ਸਾਰੇ ਪੰਜਾਬ 'ਚੋਂ ਕਾਂਗਰਸ ਲੀਡ 'ਤੇ ਰਹੂਗੀ ਮੋਗੇ 'ਚ ਵੀ ਅਸੀਂ ਲੀਡ 'ਤੇ ਰਹਾਂਗੇ ਜੀ ਕਮਲ ਜੀ ਇੱਕ ਹੋਰ ਚੀਜ਼ ਹੈ ਵੀ ਜਿਹੜੀ ਸਰਸਾ ਡੇਰਾ ਹੈ ਸਰਸੇ ਡੇਰੇ ਦਾ ਪੈਰੋਕਾਰ ਜਿਹੜੇ ਆ ਉਹ ਆਪਣੇ ਹਲਕੇ ਦੇ ਵਿੱਚ ਬਹੁਤ ਹੈ ਉਹਨਾਂ ਨੇ ਫਤਵਾ ਦਿੱਤਾ ਵੀ ਵੋਟ ਜਿਹੜੀ ਹੈ ਅਕਾਲੀ ਭਾਜਪਾ ਨੂੰ ਪਾਈ ਆ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਦੀ ਵੋਟ ਦੇ ਨਾਲ ਦੋਸ਼ੀਆਂ 'ਤੇ ਕੋਈ ਅਸਰ ਪਿਆ ਹੋਵੇ ਮੈਨੂੰ ਨਹੀਂ ਲੱਗਦਾ ਕਿ ਡੇਰਾ ਸਰਸਾ ਵਾਲਿਆਂ ਨੇ ਕੋਈ ਸਿੱਧਾ ਇਹੋ ਜਿਹਾ ਐਲਾਨ ਕੀਤਾ ਸੀ ਪਰ ਮੈਨੂੰ ਇਹ ਲੱਗਦਾ ਕਿ ਅਕਾਲੀ ਦਲ ਕੁਝ ਜਿਹੀਆਂ ਚਾਲਾਂ ਚੱਲਦਾ ਰਹਿੰਦਾ ਹੈ ਇਹਨਾਂ ਨੇ ਆਪ ਹੀ ਇਹ ਰਿਊਮਰ ਫੈਲਾ ਦਿੱਤੀ ਕਿ ਉਹਨਾਂ ਨੇ ਐਲਾਨ ਕਰਤਾ ਔਰ ਦੂਜੇ ਪਾਸੇ ਇਹਨਾਂ ਨੇ ਡੇਰਾ ਸੰਤ ਸਮਾਜ ਵਾਲਿਆਂ ਦਾ ਵੀ ਐਲਾਨ ਕਰਤਾ ਜਦਕਿ ਤੁਸੀਂ ਬਾਅਦ 'ਚ ਅਖਬਾਰਾਂ 'ਚ ਦੇਖਿਆ ਹੋਣਾ ਸੰਤ ਸਮਾਜ ਨੇ ਡਿਨਾਈ ਕੀਤਾ ਕਿ ਅਸੀਂ ਕਿਸੇ ਵਾਸਤੇ ਹਮਾਇਤ ਨਹੀਂ ਦਿੱਤੀ ਇਸੇ ਤਰ੍ਹਾਂ ਹੀ ਡੇਰਾ ਸਰਸਾ 'ਚ ਵੀ ਬਾਅਦ ਵਿੱਚ ਮੈਂ ਕਈ ਥਾਵਾਂ 'ਤੇ ਸੁਣਿਆ ਕਿ ਉਹਨਾਂ ਨੇ ਵੀ ਡਿਨਾਈ ਕੀਤਾ ਕਿ ਅਸੀਂ ਕਿਸੇ ਦੀ ਸਿੱਧੀ ਹਮਾਇਤ ਨਹੀਂ ਕਰਨ ਨੂੰ ਕਿਹਾ ਪਰ ਇਹ ਜਿਹੜਾ ਇਹੋ ਜਿਹਾ ਰਾਜਨੀਤਿਕ ਦੇ ਨਾਲ ਨਾਲ ਇਹ ਜਿਹੜਾ ਪੱਤਾ ਖੇਡਦੇ ਧਾਰਮਿਕ ਇਹਨਾਂ ਦੀ ਪੁਰਾਣੀ ਆਦਤ ਹੈ ਅਕਾਲੀ ਦਲ ਵਾਲਿਆਂ ਦੀ ਔਰ ਇਹਨਾਂ ਨੇ ਜਿਹੜਾ ਪੱਤਾ ਖੇਡਿਆ ਇਹਨਾਂ 'ਤੇ ਭਾਰੂ ਪੈ ਗਿਆ ਇੱਕ ਪਾਸੇ ਤਾਂ ਇਹ ਪਿਛਲੇ ਕਾਫੀ ਸਮੇਂ ਤੋਂ ਡੇਰੇ ਦਾ ਅਤੇ ਖਾਰਕੂ ਜਾਂ ਜਿਹੜੀਆਂ ਸਿੱਖ ਜਥੇਬੰਦੀਆਂ ਉਹਨਾਂ ਦਾ ਆਪਸ ਵਿੱਚ ਹੀ ਕਲੈਸ਼ ਕਰਾਉਂਦੇ ਰਹੇ ਆ ਔਰ ਅੱਜ ਇਹਨਾਂ ਨੇ ਜਿੱਥੇ ਡੇਰੇ ਦੀ ਵੋਟ ਦੀ ਹਮਾਇਤ ਦੀ ਗੱਲ ਕੀਤੀ ਹੈ ਉਨੀ ਮੈਨੂੰ ਲੱਗਦਾ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਉਹਨਾਂ ਨੇ ਇਹਨਾਂ ਤੋਂ ਨਿਰਾਸ਼ਤਾ ਵੀ ਲਈ ਹੋਣੀ ਹੈ ਕੋਈ ਜੇ ਉਧਰੋਂ 4 ਵੋਟਾਂ ਵੱਧ ਲੈ ਗਏ ਹੋਣਗੇ ਤਾਂ ਇੱਧਰੋਂ ਗਵਾਈਆਂ ਵੀ ਹੋਣਗੀਆਂ ਇਹਨਾਂ ਨੇ ਤੁਹਾਨੂੰ ਵੀ ਉਮੀਦ ਹੈ ਤੁਹਾਡੇ ਕਹਿਣ ਮੁਤਾਬਕ ਲੋਕ ਵੀ ਚਾਹੁੰਦੇ ਆ ਵੀ ਕਾਂਗਰਸ ਦੀ ਸਰਕਾਰ ਆਵੇ ਜੀ ਜੇ ਤੁਸੀਂ ਤੁਹਾਡੀ ਕਾਂਗਰਸ ਆ ਜਾਂਦੀ ਹੈ ਕਾਂਗਰਸ ਪਾਰਟੀ ਦੀ ਸੱਤਾ 'ਚ ਆ ਜਾਂਦੀ ਪੰਜਾਬ 'ਚ ਤੁਸੀਂ ਵੀ ਜੇਤੂ ਕਰਾਰ ਦਿੱਤੇ ਜਾਂਦੇ ਹੋ ਤਾਂ ਮੋਗੇ ਹਲਕੇ ਦੀ ਮੋਗਾ ਕੰਸਟੀਚੁਐਂਸੀ ਦੀਆਂ ਕੀ ਤਰਜੀਹਾਂ ਹੋਣਗੀਆਂ ਜਿਹਨਾਂ ਨੂੰ ਤੁਸੀਂ ਕਰਨ ਦਾ ਯਤਨ ਕਰੋਗੇ ਕਿਹੜੇ ਕਿਹੜੇ ਕੰਮ ਹੋਣਗੇ ਜਿਹੜੇ ਲੋਕ ਭਲਾਈ ਦੇ ਜਾਂ ਲੋਕਾਂ ਦੇ ਫਾਇਦੇ ਲਈ ਕਰਨ ਲਈ ਤੁਹਾਡਾ ਮਨ ਹੈਗਾ ਮਨ ਬਣਿਆ ਕੀ ਤੁਹਾਡੇ ਮੁੱਦੇ ਹੋਣਗੇ ਜਿੱਤਣ ਤੋਂ ਬਾਅਦ ਜੀ ਵਾਲੀ ਕੋਈ ਗੱਲ ਹੀ ਨਹੀਂ ਜੀ ਮੈਨੂੰ ਪੂਰਨ ਭਰੋਸਾ ਆ ਉੱਪਰ ਵਾਲੇ 'ਤੇ ਵੀ ਅਤੇ ਆਪਣੇ ਮੋਗੇ ਦੇ ਲੋਕਾਂ 'ਤੇ ਵੀ
ਜ਼ਰੂਰ ਮੋਗੇ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਕਾਂਗਰਸ ਆਊਗੀ। ਔਰ ਜਿਹੜੀ ਤੁਸੀਂ ਕੰਮਾਂ ਦੀ ਗੱਲ ਕੀਤੀ ਆ, ਪਿਛਲੇ 10 ਸਾਲਾਂ ਤੋਂ ਮੋਗਾ ਹੀ ਨਹੀਂ, ਸਾਰਾ ਪੰਜਾਬ ਬਹੁਤ ਪਛੜ ਗਿਆ। ਔਰ ਜਿੱਥੇ ਮੋਗੇ ਦੀ ਗੱਲ ਮੈਂ ਕਰਾਂ, ਇੱਕ ਤਾਂ ਜੇ ਸ਼ਹਿਰ ਦੀ ਗੱਲ ਕਰੀਏ ਆਪਾਂ, ਤਾਂ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ। ਔਰ ਮੇਰੀ ਇਹ ਹੋਊਗੀ ਪ੍ਰਾਇਓਰਿਟੀ ਕਿ ਸ਼ਹਿਰ ਦੇ ਵਿੱਚ ਜਿੱਦਾਂ ਲੁਧਿਆਣੇ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਾਂਗ ਬਹੁ ਮੰਜ਼ਲੀ ਕੋਈ ਟ੍ਰੈਫਿਕ ਦੇ ਵਾਸਤੇ ਪਾਰਕਿੰਗ ਬਣਾਈ ਜਾਵੇ, ਇਹਦੀ ਸਮੱਸਿਆ ਮੁਕਾਈਏ। ਔਰ ਦੂਜਾ, ਇੱਕ ਪਾਸੇ ਤਾਂ ਅਸੀਂ ਗਊ ਮਾਤਾ ਕਹਿੰਦੇ ਹਾਂ, ਦੂਜੇ ਪਾਸੇ ਉਹਨੂੰ ਵਾਰਾ ਪਸ਼ੂ ਕਹਿਣਾ ਪੈਂਦਾ, ਉਹ ਬਹੁਤ ਵੱਡੀ ਸਮੱਸਿਆ ਹੈ ਜੀ ਮੋਗੇ 'ਚ। ਅਤੇ ਪਿਛਲੇ ਦਿਨੀ ਵੀ ਆਪਾਂ ਗੱਲ ਕਰਦੇ ਸੀਗੇ ਕਿ ਇੱਕ ਢੱਠਾ ਰੇਲ ਥੱਲੇ ਆ ਗਿਆ, ਉਹਨੇ ਰੇਲ ਹੀ ਲੀਹਾਂ ਤੋਂ ਲਾ ਦਿੱਤੀ। ਔਰ ਰੋਜ਼ ਏਦਾਂ ਦੇ ਹਾਦਸੇ ਹੋ ਰਹੇ ਆ, ਅਤੇ ਉਹਦੇ ਵਾਸਤੇ ਵੀ ਮੈਂ, ਮੇਰਾ ਵੱਡਾ ਉਪਰਾਲਾ ਹੋਊਗਾ ਕਿ ਉਹਨਾਂ ਦੇ ਲਈ ਕੋਈ ਹੱਲ ਕੱਢੀਏ ਠੋਸ ਹੱਲ। ਔਰ ਤੁਸੀਂ ਦੇਖਿਆ ਕਿ ਇਹਨਾਂ ਨੇ ਗਊ ਸੈਸ ਬਿਜਲੀ ਦੇ ਬਿੱਲਾਂ ਦੇ ਵੀ ਲਾ ਕੇ ਭੇਜਤਾ, ਪਰ ਉਹਨਾਂ ਯੋਗ ਪ੍ਰਬੰਧ ਨਹੀਂ ਕੀਤਾ। ਔਰ ਇੱਕ ਸਭ ਤੋਂ ਵੱਡੀ ਸਾਡੀ ਮੋਗੇ ਦੀ ਸਮੱਸਿਆ, ਇਹਨਾਂ ਨੇ 63 ਕਰੋੜ ਰੁਪਇਆ ਲਾ ਕੇ ਸੀਵਰੇਜ ਤਾਂ ਪਵਾ ਦਿੱਤਾ ਸੀ, ਪਰ ਉਹਦੀ ਢਾਲ ਸਾਰੀ ਇੱਕੋ ਪਾਸੇ ਨੂੰ ਕਰਾ ਦਿੱਤੀ, ਕਰਕੇ ਮਾੜਾ ਜਿਹਾ ਮੀਂਹ ਪੈ ਜੇ ਤੇ ਪਾਣੀ ਖੜ ਜਾਂਦਾ। ਉਹਦੀ ਵੀ ਕੋਈ ਸਮੱਸਿਆ ਦਾ ਹੱਲ ਠੋਸ ਕੱਢਣਾ ਪੈਣਾ, ਪਾਣੀ ਨੂੰ 3-4 ਪਾਸੇ ਨੂੰ ਵੰਡਣਾ ਪੈਣਾ। ਔਰ ਜਿਹੜੀ ਹੋਰ ਮੋਗੇ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਮੇਰੇ ਪਿੰਡਾਂ ਦੇ ਵਿੱਚ ਵੀ ਔਰ ਸ਼ਹਿਰ ਦੇ ਵਿੱਚ ਵੀ, ਜਿਹੜੀ ਇਹਨਾਂ ਨੇ ਪਿਛਲੇ ਸਮੇਂ ਤੋਂ ਲੋਕਾਂ ਨੂੰ ਨਾਲੀਆਂ ਤੇ ਗਲੀਆਂ ਤੇ ਹੀ ਰੱਖਿਆ ਹੋਇਆ, ਔਰ ਇਹਨੂੰ ਮਾਡਰਨਾਈਜ਼ ਕਰਨ ਦੀ ਲੋੜ ਆ ਸਾਡੇ ਪਿੰਡਾਂ ਦੇ ਵਿੱਚ। ਸੋਲਰ ਸਿਸਟਮ, ਵਾਈਫਾਈ ਸਿਸਟਮ, ਔਰ ਇਸ ਤਰੀਕੇ ਦੇ ਨਾਲ ਪਿੰਡ ਤੇ ਸ਼ਹਿਰ ਨੂੰ ਮਾਡਰਨਾਈਜ਼ ਕਰਨ ਦੀ ਲੋੜ ਆ। ਮੈਂ ਕੋਸ਼ਿਸ਼ ਕਰੂੰਗਾ ਕਿ ਮੋਗੇ ਨੂੰ ਬੜਾ ਹਾਈਟੈਕ ਕਰਕੇ ਔਰ ਅੱਛੇ ਸ਼ਹਿਰਾਂ ਦੇ ਵਿੱਚ ਇਹਦੀ ਗਿਣਤੀ ਕਰਾਈਏ। ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਮੋਗੇ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਮੈਂ ਮਹਿਸੂਸ ਕਰਦਾ ਕਿ ਇੱਥੇ ਵੀ ਸਿਆਸੀਕਰਨ ਦੇ ਨਾਲ ਨਾਲ ਇਹਨਾਂ ਨੇ ਅਫਸਰਸ਼ਾਹੀ ਦਾ ਵੀ ਸਿਆਸੀਕਰਨ ਕੀਤਾ ਹੋਇਆ। ਈਵਨ ਲੋਕਾਂ ਦਾ, ਲੀਡਰਾਂ ਦਾ, ਸਾਰੇ ਪਾਸੇ ਜਿਹੜਾ ਉਹ ਕੀਤਾ ਹੋਇਆ, ਉਹਨੂੰ ਮੈਂ ਚਾਹੁੰਦਾ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ। ਸਾਰੀਆਂ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਵੀ ਹੈ ਉਹਨਾਂ ਨੂੰ ਵੀ ਸੁਹਿਰਦ ਦੇ ਨਾਲ ਆਪਾਂ ਮੋਗੇ ਦੇ ਵਿਕਾਸ ਵਾਸਤੇ ਨਾਲ ਲੈ ਕੇ ਜਾਣ ਦੀ ਮੇਰੀ ਇੱਛਾ। ਮੋਗੇ ਦੇ ਲੋਕਾਂ ਨੇ ਜਿੰਨਾ ਮੈਨੂੰ ਪਿਆਰ ਦਿੱਤਾ, ਮੇਰੀ ਜ਼ਿੰਮੇਵਾਰੀ ਹੋਰ ਜ਼ਿਆਦਾ ਵਧਾ ਦਿੱਤੀ ਹੈ ਜੀ। ਔਰ ਮੈਨੂੰ ਪੂਰਨ ਆਸ ਹੈ ਕਿ ਮੋਗੇ ਤੋਂ ਕਾਂਗਰਸ ਲੀਡ ਤੇ ਜਿੱਤੂਗੀ ਤੇ ਇਹ ਸਾਰੇ ਜਿਹੜੇ ਕੰਮ ਆ ਅਸੀਂ ਪ੍ਰਾਇਓਰਟੀ ਤੇ ਕਰਾਂਗੇ। ਦੋ ਕੰਮਾਂ ਵਾਸਤੇ ਮੇਰੀ ਪ੍ਰਾਇਓਰਟੀ ਸਭ ਤੋਂ ਪਹਿਲਾਂ ਹੋਊਗੀ, ਇੱਕ ਤਾਂ ਹੈਲਥ ਤੇ ਦੂਜਾ ਐਜੂਕੇਸ਼ਨ। ਬੇਸ਼ੱਕ ਮੈਂ ਐਜੂਕੇਸ਼ਨ ਸੈਕਟਰ ਨਾਲ ਆਲਰੇਡੀ ਜੁੜਿਆ ਹੋਇਆ, ਪਰ ਉਹਦੇ ਵਿੱਚ ਅਜੇ ਸਰਕਾਰੀ ਤੌਰ ਤੇ ਬਹੁਤ ਸੁਧਾਰ ਕਰਨ ਦੀ ਲੋੜ ਹੈ। ਔਰ ਜਿੱਥੇ ਸਾਡਾ ਹੈਲਥ ਸਿਸਟਮ ਹੈ ਉਹਦੇ ਵਾਸਤੇ ਸਾਨੂੰ ਮੋਗੇ 'ਚ ਸਭ ਤੋਂ ਵੱਡੀ ਲੋੜ ਹੈ ਕਿ ਜਿਹੜੀ ਐਮਰਜੈਂਸੀ ਆ ਉਹਨੂੰ ਬਾਹਰ ਕੱਢਣਾ। ਸ਼ਹਿਰ ਦੇ ਅੰਦਰ ਜਾ ਕੇ ਹੋਸਪਿਟਲ ਹੈ, ਉੱਥੇ ਤੱਕ ਜਾਂਦੇ ਹੀ ਮਰੀਜ਼ ਨੂੰ ਬਹੁਤ, ਸੋ ਇਹ ਪ੍ਰਾਇਓਰਟੀ ਹੋਊਗੀ ਜੀ। ਇੱਕ ਹੋਰ ਬਹੁਤ ਵੱਡੀ ਸਮੱਸਿਆ ਉਹ ਹੈ ਬੇਰੁਜ਼ਗਾਰੀ ਦੀ ਜੀ। ਮੋਗੇ ਜਿਹੜਾ ਕੰਸਟੀਚੁਐਂਸੀ ਹੈ ਇਹਦੇ 'ਚ ਇੱਕ ਬਹੁਤ ਵੱਡੀ ਫੈਕਟਰੀ ਹੈ ਨੈਸਲੇ, ਜਿਹਦੇ ਵਿੱਚ ਘੱਟੋ ਘੱਟ ਹੀ ਤਾਂ 10-12 ਹਜ਼ਾਰ ਫੈਮਲੀ ਜਿਹੜੀਆਂ ਉਹ ਜੁੜੀਆਂ ਹੋਈਆਂ। ਉਹਦੇ ਵਿੱਚ ਤਕਰੀਬਨ 4,000 ਦੇ ਕਰੀਬ ਨੌਜਵਾਨ ਜਿਹੜੇ ਆ ਕੰਮ ਕਰਦੇ ਆ। ਕੋਈ ਇਸ ਤਰ੍ਹਾਂ ਦੀ ਵੀ ਪਲੈਨਿੰਗ ਹੈ ਜਿਹਦੇ ਨਾਲ ਜਿਹੜੇ ਸਾਡੇ ਬੇਰੁਜ਼ਗਾਰ ਹੈ, ਕੋਈ ਇੰਡਸਟਰੀ ਵੱਡੀ ਇੱਧਰ ਲਿਆਂਦੀ ਜਾਵੇ ਜਿਹਦੇ ਨਾਲ ਮਸਲਾ ਆ ਸਕੇ, ਕੋਈ ਇਸ ਤਰ੍ਹਾਂ ਦੀ ਵੀ ਤੁਹਾਡੇ ਦਿਮਾਗ ਦੇ ਵਿੱਚ ਗੱਲਬਾਤ ਹੈ? ਹਾਂਜੀ, ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇਹ ਪਹਿਲਾਂ ਹੀ ਐਲਾਨ ਕੀਤਾ ਹੋਇਆ ਕਿ ਹਰ ਘਰ ਇੱਕ ਨੌਕਰੀ ਦੇਣ ਦਾ ਉਹਨਾਂ ਦਾ ਵਾਅਦਾ। ਔਰ ਉਸ ਕੰਮ ਨੂੰ ਨੇਪਰੇ ਚਾੜਨ ਵਾਸਤੇ ਇੰਡਸਟਰੀ ਨੂੰ ਪੈਰਾਂ ਸਿਰ ਕਰਨਾ ਬਹੁਤ ਜ਼ਰੂਰੀ ਹੈ। ਜਿੱਥੇ ਨਵੀਂ ਇੰਡਸਟਰੀ ਦੀ ਤੁਸੀਂ ਗੱਲ ਕੀਤੀ ਹੈ ਉਹਦੇ ਵਾਸਤੇ ਅਸੀਂ ਜਦੋਜਹਿਦ ਕਰਾਂਗੇ। ਮੋਗਾ ਆਲਰੇਡੀ ਇੰਡਸਟਰੀਅਲ ਹੱਬ ਰਿਹਾ, ਖਾਸ ਕਰ ਐਗਰੀਕਲਚਰ ਇੰਡਸਟਰੀ ਦੀ। ਸਾਡੇ ਬਹੁਤ ਸਾਰੀ ਇੰਡਸਟਰੀ ਜਿਹੜੀ ਉਹ ਬੰਦ ਹੋਈ ਪਈ ਹੈ, ਫੋਕਲ ਪੁਆਇੰਟ ਦੀਆਂ ਆਪਣੀਆਂ ਸਮੱਸਿਆਵਾਂ। ਅਸੀਂ ਚਾਹੁੰਦੇ ਹਾਂ ਕਿ ਇੱਥੇ ਟਰਾਂਸਪੋਰਟ ਕੋਰੀਡੋਰ ਬਣੇ, ਕੋਈ ਟਰਾਂਸਪੋਰਟ ਨਗਰ ਬਣੇ। ਸਾਡੀ ਇੱਥੇ ਟਰੱਕਾਂ ਦੀਆਂ ਬੋਡੀਆਂ ਲਾਉਣ ਦੀ ਇੰਡਸਟਰੀ ਹੈਗੀ ਹੈ, ਐਗਰੀਕਲਚਰ ਦੇ ਥ੍ਰੈਸ਼ਰ ਤੇ ਹੋਰ ਇਕਵਿਪਮੈਂਟ ਬਹੁਤ ਬਣਦੇ ਸੀ, ਜਿਹੜੀ ਇੰਡਸਟਰੀ ਇਹਨਾਂ ਦੀਆਂ ਗਲਤ ਪਾਲਿਸੀਆਂ ਕਰਕੇ ਬੰਦ ਹੋ ਗਈ। ਸੋ ਮੇਰੀ ਪ੍ਰਾਇਓਰਟੀ ਹੋਊਗੀ ਕਿ ਅਸੀਂ ਇੰਡਸਟਰੀ ਨੂੰ ਪੈਰਾਂ ਸਿਰ ਕਰੀਏ ਤਾਂ ਕਿ ਜਿਹੜਾ ਯੂਥ ਹੈਗਾ ਸਾਡਾ ਉਹਨੂੰ ਅਨਇੰਪਲਾਈਮੈਂਟ ਜਿਹੜੀ ਹੈਗੀ ਆ ਉਹਨੂੰ ਅਸੀਂ ਕਨਵਰਟ ਕਰੀਏ ਇੰਪਲਾਈਮੈਂਟ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਜ਼ਰੂਰੀ ਸ਼ੋਅ ਤੇ। ਥੈਂਕ ਯੂ ਵੈਰੀ ਮਚ। ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਮੈਨੂੰ ਇੰਨਾ ਸਮਾਂ ਵੀ ਦਿੱਤਾ। ਤੇ ਮੈਂ ਇੱਕ ਵਾਰ ਫੇਰ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ, ਸਮੂਹ ਵੋਟਰਾਂ ਦਾ, ਸਮੂਹ ਲੀਡਰ ਸਾਹਿਬਾਨ ਦਾ ਧੰਨਵਾਦ ਕਰਦਾ। ਅਰਦਾਸ ਕਰਦਾ ਪਰਮਾਤਮਾ ਅੱਗੇ ਕਿ ਪੰਜਾਬ ਦੇ ਵਿੱਚ ਮੁੜ ਸੁਨਹਿਰੇ ਦਿਨ ਆਉਣ, ਇਹ ਜਿਹੜੀ ਮਾੜੀ ਸਿਆਸਤ ਹੈ
ਉਹ ਖਤਮ ਹੋਵੇ ਔਰ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਰਹਿਨਮਾਈ ਥੱਲੇ ਕਾਂਗਰਸ ਦੀ ਸਰਕਾਰ ਆਵੇ ਤੇ ਪੰਜਾਬ ਮੁੜ ਕੇ ਖੁਸ਼ਹਾਲ ਹੋਵੇ। ਮੋਗੇ ਵਾਲਿਆਂ ਵਾਸਤੇ ਇੱਕੋ ਹੀ ਗੱਲ ਮੈਂ ਕਹਿਣਾ ਕਿ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੁਸੀਂ ਫੁੱਲਾਂ ਜੋਗੀ ਜ਼ਮੀਨ ਰੱਖਣਾ। ਧੰਨਵਾਦ, ਜੈ ਹਿੰਦ।